प्यारे बच्चे आओ भगत पूरन सिंह जी ਦੇ ਜੀਵਨ ਬਾਰੇ ਜਾਣੀਏ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਲੂਲੇ ਲੰਗੜੇ ਅਤੇ ਅਪਾਹਜ ਬੱਚਿਆਂ ਦੀ ਸੇਵਾ ਦੇ ਵਿੱਚ ਲਗਾ ਦਿੱਤੀ ਉਹਨਾਂ ਲਈ ਇਹ ਪ੍ਰੇਰਣਾ ਦਾ ਸਰੋਤ ਉਹਨਾਂ ਦੇ ਮਾਤਾ ਜੀ ਸਨ ਬਚਪਨ ਵਿੱਚ ਜਦੋਂ ਇੱਕ ਵਾਰ ਕਿਸੇ ਪੱਥਰ ਤੋਂ ਵੱਟੇ ਤੋਂ ਠੇਡਾ ਖਾ ਕੇ ਡਿੱਗ ਪਏ ਤਾਂ ਉਹਨਾਂ ਦੀ ਮਾਤਾ ਜੀ ਨੇ ਸਮਝਾਇਆ ਕਿ ਜਦੋਂ ਵੀ ਰਸਤੇ ਵਿੱਚ ਕੋਈ ਵੀ ਵੱਟਾ ਪੱਥਰ ਕੁਝ ਵੀ ਮਿਲੇ ਤੇ ਉਹਨੂੰ ਚੁੱਕ ਕੇ ਸਾਈਡ ਤੇ ਸੁੱਟ ਦਿਓ ਤਾਂ ਕਿ ਉਹ ਤੁਹਾਡੀ ਤਰ੍ਹਾਂ ਕੋਈ ਹੋਰ ਵੀ ਉੱਥੇ ਡਿੱਗ ਨਾ ਜਾਵੇ ਭਗਤਪੂਰਨ ਸਿੰਘ ਜੀ ਬਚਪਨ ਤੋਂ ਹੀ ਜਦੋਂ ਵੀ ਉਹਨਾਂ ਨੂੰ ਵੇਲ ਮਿਲਦੀ ਦਵਾਰਾ ਸਾਹਿਬ ਜਾ ਕੇ ਸੇਵਾ ਕਰਦੇ ਰਹਿੰਦੇ ਤੇ ਉਹ ਹਰ ਵੇਲੇ ਨਿਮਰਤਾ ਦੇ ਨਾਲ ਹਰੇਕ ਨੂੰ ਜਵਾਬ ਦਿੰਦੇ ਸਨ ਇੱਕ ਵਾਰ ਕੀ ਹੋਇਆ ਕਿ ਗੁਰ ਇੱਕ ਲੂਲਾ ਪੰਗਲਾ ਬੱਚਾ ਸੀ ਜਿਸ ਦੇ ਮਾਪੇ ਨੇ ਉਸ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਛੱਡ ਦਿੱਤਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਭਗਤਪੂਰਨ ਸਿੰਘ ਜੀ ਨੂੰ ਬੁਲਾ ਕੇ ਇਸ ਬੱਚੇ ਦੀ ਸੇਵਾ ਉਹਨਾਂ ਨੂੰ ਸੌਂਪ ਦਿੱਤੀ ਤੇ ਉਸ ਤੋਂ ਬਾਅਦ ਭਗਤਪੂਰਨ ਸਿੰਘ ਜੀ ਨੇ ਉਸ ਬੱਚੇ ਦੀ ਸੇਵਾ ਨੂੰ ਹੀ ਆਪਣਾ ਮਨੋਰਥ ਸਮਝ ਲਿਆ ਤੇ ਉਸ ਵਰਗੇ ਹੋਏ ਪੈਦਾ ਖੜਕਣ ਡੇ ਨੇ ਚਲੋ ਭਾਈ ਮਨਾ ਤੇ ਉਹਨਾਂ ਦੀ ਸੇਵਾ ਤੇ ਉਹਨਾਂ ਦਾ ਵੱਡਾ ਤੇ ਉਹ ਸਵੇਰ ਤੋਂ ਹੀ ਤੇ ਖੜਕਾ ਬਣਾ ਟੱਲ ਹੱਥ ਵਿੱਚ ਬਾਟਾ ਏ ਪਿੰਗਲਵਾੜੇ ਦੇ ਵਿੱਚ ਕੁਝ ਲੋਕਾਂ ਦੀ ਸੇਵਾ ਲੈ ਕੇ ਤੇ ਉਹਨਾਂ ਨੇ ਇੱਕ ਇਮਾਰਤ ਬਣਾਈ ਜਿੱਥੇ ਇਹਨਾਂ ਜਿਹੜੇ ਗਰੀਬ ਜਤੇਮ ਬੱਚੇ ਕੁੜੀਆਂ ਜਵਾਨ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਛੱਡ ਦਿੰਦੇ ਸੀ ਉਹਨਾਂ ਦੀ ਸੇਵਾ ਕਰਦੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਹੀ ਮਨੋਰਥ ਬਣਾਇਆ ਸੀ ਕਿ ਇਹਨਾਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਅੱਜ ਵੀ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤੇ ਦਰਬਾਰ ਸਾਹਿਬ ਦੇ ਬਾਹਰ ਇਹ ਲਿਟਰੇਚਰ ਦੀ ਸੇਵਾ ਕਰਦੇ ਹੋਏ ਤੁਹਾਨੂੰ ਦਿਖਾਈ ਦਿੰਦੇ ਆ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਪਿੰਗਲਵਾੜਾ ਬਣਿਆ ਹੋਇਆ ਜਿੱਥੇ ਇਹੋ ਜਿਹੇ ਬੱਚੇ ਜਿਹੜੇ ਆ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਭਗਤਪੂਰਨ ਸਿੰਘ ਜੀ ਦੀ ਇਸੇ ਹੀ ਸੇਵਾ ਦੇ ਬਦਲੇ 1979 ਦੇ ਵਿੱਚ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ ਤੇ ਉਹਨਾਂ ਤੋਂ ਬਾਅਦ ਅੱਜ ਕੱਲ ਬੀਬੀ ਇੰਦਰਜੀਤ ਕੌਰ ਜੀ ਜੋ ਉਹਨਾਂ ਬੱਚਿਆਂ ਦੀ ਸੇਵਾ ਸੰਭਾਲ ਰਹੇ ਆ AC गත්පුර්ණ සංජිද බරජනකරි තන්වා